ਅੰਮ੍ਰਿਤਸਰ ਦੀ IDH ਮਾਰਕੀਟ 'ਚ ਅੱਗ ਲੱਗੀ ਹੈ ਜੀ ਪਿਛਲੇ ਡੇਢ ਦੋ ਘੰਟੇ ਤੋਂ ਸਾਹਮਣੇ ਜਿਹੜੀ ਅੰਮ੍ਰਿਤਸਰ ਏਸ਼ੀਅਨ ਗਿਫਟ ਸੈਂਟਰ ਸ਼ੋਪ ਹੈ ਇਹਨਾਂ ਦੀ ਦੁਕਾਨ ਹੈ ਇਹਨਾਂ ਦੀ ਮੰਜ਼ਿਲ 'ਤੇ ਲੱਗੀ ਹੈ ਅੱਗ IDH ਮਾਰਕੀਟ ਹੈ ਜੀ ਅੰਮ੍ਰਿਤਸਰ ਦੀ ਜਿੱਥੇ ਅੱਗ ਲੱਗੀ ਹੈ ਪਿਛਲੇ ਡੇਢ ਦੋ ਘੰਟੇ ਤੋਂ ਜਿਹੜੇ ਫਾਇਰ ਬ੍ਰਿਗੇਡ ਵਾਲੇ ਭਜਾ ਰਹੇ ਨੇ ਲੇਕਿਨ ਅਜੇ ਤੱਕ ਸੇਫਟੀ ਦੇ ਤੌਰ 'ਤੇ ਆਲੇ ਦੁਆਲੇ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਕਰਵਾ ਦਿੱਤੀਆਂ ਗਈਆਂ ਅੰਮ੍ਰਿਤਸਰ ਦੀ ਵਨ ਆਫ ਦੀ ਬਿਜ਼ੀਐਸਟ ਮਾਰਕੀਟ ਹੈ IDH ਮਾਰਕੀਟ ਸੋ ਇਸ ਵੇਲੇ ਅੰਮ੍ਰਿਤਸਰ ਦੀ IDH ਮਾਰਕੀਟ ਜੱਗ ਲੱਗੀ ਹੋਈ ਹੈ ਜੀ ਫਾਇਰ ਬ੍ਰਿਗੇਡ ਵਾਲੇ ਪਿਛਲੇ ਡੇਢ ਦੋ ਘੰਟੇ ਤੋਂ ਕੋਸ਼ਿਸ਼ ਕਰ ਰਹੇ ਨੇ ਕਾਬੂ ਪਾਉਣ ਲਈ ਪੂਰੀਆਂ ਦੋ ਮੰਜ਼ਿਲਾਂ 'ਤੇ ਜਿਹੜੀ ਸਾਹਮਣੇ ਏਸ਼ੀਅਨ ਗਿਫਟ ਸੈਂਟਰ ਦੁਕਾਨ ਦੇਖ ਰਹੇ ਹੋ ਉਹਦੀਆਂ ਦੋਨੋਂ ਬਿਲਡਿੰਗਾਂ ਦੇ ਵਿੱਚ ਔਰ ਦੋ ਮੰਜ਼ਿਲਾਂ 'ਤੇ ਅੱਗ ਲੱਗੀ ਹੈ ਇੱਕ 'ਤੇ ਕਾਬੂ ਪਾ ਲਿਆ ਗਿਆ ਦੂਜੇ 'ਤੇ ਤੁਸੀਂ ਦੇਖ ਰਹੇ ਹੋ ਉੱਥੇ ਕਾਬੂ ਪਾਇਆ ਜਾ ਰਿਹਾ ਪੌੜੀ ਲਗਾ ਕੇ ਫਾਇਰ ਬ੍ਰਿਗੇਡ ਵਾਲੇ ਉੱਥੇ ਲੱਗੇ ਹੋਏ ਨੇ ਸੋ 5-6 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ 'ਤੇ ਮੌਜੂਦ ਨੇ ਸੋ ਅਫੜਾ ਦਫੜੀ ਦਾ ਮਾਹੌਲ ਹੈ ਇੱਕ IDH ਮਾਰਕੀਟ ਦੇ ਵਿੱਚ ਲੋਕਾਂ ਨੇ ਸਭ ਆਲੇ ਦੁਆਲੇ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਕਰਾ ਦਿੱਤੀਆਂ ਨੇ ਪੁਲਿਸ ਨੇ ਵੀ ਏਸ਼ੀਅਨ ਗਿਫਟ ਸੈਂਟਰ ਜਿਹੜੀ ਸਾਹਮਣੇ ਬੋਰਡ ਦੇਖਦੇ ਹੋ ਉਹਨਾਂ ਦੀ ਦੁਕਾਨ ਹੈ ਔਰ ਦੋਨਾਂ ਮੰਜ਼ਿਲਾਂ 'ਤੇ ਉਹਨਾਂ ਦੀ ਇਹ ਇੱਕ ਗਿਫਟ ਸੈਂਟਰ ਹੈ ਜਿਹਦੇ 'ਚ ਟੋਇਜ਼ ਵਗੈਰਾ ਹੁੰਦੇ ਨੇ ਸੋ ਫਾਇਰ ਬ੍ਰਿਗੇਡ ਵਾਲੇ ਕਾਫੀ ਦੇਰ ਤੋਂ ਕਰ ਰਹੇ ਨੇ ਸੋ ਉਮੀਦ ਹੈ ਜਲਦੀ ਆਲੇ ਦੁਆਲੇ ਵਾਲੀਆਂ ਦੁਕਾਨਾਂ ਸਾਰੀ ਮਾਰਕੀਟ ਜਿਹੜੀ ਹੈ ਆਲੇ ਆਲੇ ਦੁਆਲੇ ਵਾਲੀਆਂ 20-25 ਦੁਕਾਨਾਂ ਜਿਹੜੀਆਂ ਉਹ ਬੰਦ ਕਰਵਾ ਦਿੱਤੀਆਂ ਗਈਆਂ ਨੇ ਕਿਉਂਕਿ ਅੱਗ ਲੱਗਣ ਦਾ ਖਤਰਾ ਹੈ ਸੋ ਕਾਫੀ ਮੁਸ਼ੱਕਤ ਪਿਛਲੇ 2 ਘੰਟੇ ਤੋਂ ਫਾਇਰ ਬ੍ਰਿਗੇਡ ਵਾਲੇ ਕਰ ਰਹੇ ਨੇ 5-6 ਗੱਡੀਆਂ ਪਾਣੀ ਦੀਆਂ ਇਸ ਵੇਲੇ ਲੱਗ ਚੁੱਕੀਆਂ ਨੇ ਆਲਰੇਡੀ ਸੋ ਭਾਰੀ ਪੁਲਿਸ ਫੋਰਸ ਵੀ ਇੱਥੇ ਮੌਜੂਦ ਹੈ ਫਾਇਰ ਬ੍ਰਿਗੇਡ ਦੇ ਬੰਦੇ ਮੌਜੂਦ ਨੇ ਔਰ ਤੁਸੀਂ ਦੇਖ ਰਹੇ ਹੋ ਵੀ ਪ੍ਰੈਸ਼ਰ ਦੇ ਨਾਲ ਪਾਣੀ ਅੰਦਰ ਮਾਰ ਕੇ ਕਾਫੀ ਮੁਸ਼ੱਕਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੀ ਇੱਕ ਮਸ਼ਹੂਰ ਅਤੇ ਸਭ ਤੋਂ ਬਿਜ਼ੀਐਸਟ ਮਾਰਕੀਟ ਹੈ IDH ਮਾਰਕੀਟ ਹੋਲਸੇਲ ਦੀ ਮਾਰਕੀਟ ਹੈ ਜਿੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਉੱਥੇ ਇਸ ਵੇਲੇ ਭਾਰੀ ਮੁਸ਼ੱਕਤ ਜਿਹੜੀ ਬੱਸ ਸਟੈਂਡ ਦੇ ਕੋਲ IDH ਮਾਰਕੀਟ ਅੰਮ੍ਰਿਤਸਰ ਦੀਆਂ ਸਭ ਤੋਂ ਮਹੱਤਵਪੂਰਨ ਜਿਹੜੀਆਂ ਮਾਰਕੀਟ ਇਹਨਾਂ ਨੂੰ ਉਹਨਾਂ 'ਚ ਇੱਕ ਹੈ ਔਰ ਜਿਹੜੀ ਥੱਲੀ ਮੰਜ਼ਿਲ ਤੁਸੀਂ ਦੇਖ ਰਹੇ ਹੋ ਉਹ 'ਤੇ ਕਾਬੂ ਪਾ ਲਿਆ ਗਿਆ ਅੱਗ 'ਤੇ ਆਲਰੇਡੀ ਹੁਣ ਉੱਪਰਲੀ ਮੰਜ਼ਿਲ 'ਤੇ ਕੋਸ਼ਿਸ਼ ਪੂਰੀ ਚੱਲ ਰਹੀ ਹੈ ਅੱਗ 'ਤੇ ਕਾਬੂ ਪਾਉਣ ਲਈ ਕੋਈ ਕੈਜੂਅਲਿਟੀ ਨਹੀਂ ਹੋਈ ਲੇਕਿਨ ਲੱਖਾਂ ਦਾ ਨੁਕਸਾਨ ਹੋਣ ਦਾ ਜਿਹੜਾ ਅੰਦਾਜ਼ਾ ਜਿਹੜਾ ਦੁਕਾਨਦਾਰ ਵੱਲੋਂ ਲਗਾਇਆ ਜਾ ਰਿਹਾ ਕਿਉਂਕਿ ਦੋਨੋਂ ਮੰਜ਼ਿਲਾਂ 'ਤੇ ਸਮਾਨ ਪੂਰਾ ਭਰਿਆ ਹੋਇਆ ਸੀ ਇੱਕ ਗਿਫਟ ਸੈਂਟਰ ਹੈ ਟੈਡੀ ਬੀਅਰ ਵਗੈਰਾ ਕਿਉਂਕਿ ਜ਼ਿਆਦਾ ਹੁੰਦੇ ਨੇ ਅਤੇ ਉਹਨਾਂ ਨੂੰ ਕਾਫੀ ਜਲਦੀ ਅੱਗ ਲੱਗਦੀ ਹੈ ਸੋ ਇਸ ਲਈ ਅੱਗ 'ਤੇ ਕਾਬੂ ਪਾਉਣ 'ਚ ਵੀ ਕਾਫੀ ਸਮਾਂ ਲੱਗ ਰਿਹਾ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਏਸ਼ੀਅਨ ਗਿਫਟ ਸੈਂਟਰ ਸੋ ਇੱਥੇ ਕਾਫੀ ਭਿਆਨਕ ਅੱਗ ਜਿਹੜੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਲੱਗੀ ਸੀ ਕੰਧਾਂ ਦੇ ਵਿੱਚੋਂ ਅੱਗ ਜਿਹੜੀ ਬਾਹਰ ਆ ਰਹੀ ਸੀ ਔਰ ਕਾਫੀ ਮੁਸ਼ੱਕਤ ਜਿਹੜੀ ਹੈ ਕੀਤੀ ਜਾ ਰਹੀ ਹੈ ਉਹਨੂੰ ਅੱਗ ਨੂੰ ਬੁਝਾਉਣ ਲਈ ਤਾਂ ਕਿ ਅੱਗ ਅੱਗੇ ਨਾ ਵੱਧ ਸਕੇ ਕਿਉਂਕਿ ਦੁਕਾਨਾਂ ਬਿਲਕੁਲ ਨਾਲ ਨੇ ਇੱਥੇ ਬੜੀਆਂ ਤੰਗ ਗਲੀਆਂ ਨੇ ਤੰਗ ਬਾਜ਼ਾਰ ਨੇ ਅੱਗ ਜਿਹੜੀ ਬੜੀ ਛੇਤੀ ਦੂਰ ਤੱਕ ਜਾ ਸਕਦੀ ਹੈ IDH ਮਾਰਕੀਟ ਹੈ ਜੀ ਮਿੰਨੀ ਬਵੇਜਾ ਜੀ ਬੱਸ ਸਟੈਂਡ ਦੇ ਕੋਲ ਅੰਮ੍ਰਿਤਸਰ ਦੀ ਮਸ਼ਹੂਰ ਹੋਲਸੇਲ ਮਾਰਕੀਟ IDH ਮਾਰਕੀਟ ਹੈ ਏਸ਼ੀਅਨ ਗਿਫਟ ਸੈਂਟਰ ਜਿਹੜੀ ਸਾਹਮਣੇ ਤੁਸੀਂ ਬੋਰਡ ਲੱਗਾ ਦੇਖ ਰਹੇ ਹੋ ਏਸ਼ੀਅਨ ਗਿਫਟ ਸੈਂਟਰ ਦਾ ਫਿਲਹਾਲ ਜੀ ਅਪਡੇਟ ਹੈ ਜੀ ਪਹਿਲੀ ਮੰਜ਼ਿਲ 'ਤੇ ਜਿਹੜਾ ਕਾਬੂ ਪਾ ਲਿਆ ਗਿਆ ਅੱਗ 'ਤੇ ਦੂਜੀ ਮੰਜ਼ਿਲ 'ਤੇ ਕਾਬੂ ਪਾਇਆ ਜਾ ਰਿਹਾ ਔਰ ਅੱਗ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਵੱਡੀ ਤਾਦਾਦ ਵਿੱਚ ਫਾਇਰ ਬ੍ਰਿਗੇਡ ਵਾਲੇ ਪੁਲਿਸ ਵਾਲੇ ਇੱਥੇ ਮੌਜੂਦ ਨੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਇੱਥੇ ਮੌਕੇ 'ਤੇ ਮੌਜੂਦ ਨੇ
ਤੁਸੀਂ ਦੇਖ ਰਹੇ ਹੋ ਭਾਰੀ ਮੁਸ਼ਕਤ ਕਿੰਨੇ ਧੂੰਏ ਦੇ ਵਿੱਚ ਜੋ ਹੈ ਫਾਇਰ ਬ੍ਰਿਗੇਡ ਵਾਲੇ ਕੰਮ ਕਰ ਰਹੇ ਦੇਖੋ ਕਿੰਨਾ ਧੂੰਆਂ ਨਿਕਲਿਆ ਅੰਦਰੋਂ ਇਸ ਸਥਿਤੀ ਵਿੱਚ ਕੰਮ ਕਰਨਾ ਬੜਾ ਮੁਸ਼ਕਲ ਹੋ ਜਾਂਦਾ
ਇਸ਼ਤੀ ਦੇ ਤੌਰ 'ਤੇ ਆਲੇ ਦੁਆਲੇ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਬੰਦ ਕਰਵਾ ਦਿੱਤੀਆਂ ਗਈਆਂ IDH ਮਾਰਕੀਟ 'ਚ ਸ਼ੋਪ ਨੰਬਰ 1 ਤੋਂ ਲੈ ਕੇ ਅਤੇ ਸ਼ੋਪ ਨੰਬਰ 15-18 ਤੱਕ ਜਿਹੜੀਆਂ ਬੰਦ ਕਰਵਾ ਦਿੱਤੀਆਂ ਗਈਆਂ ਔਰ ਕਾਫੀ ਜਦੋਂ ਗੈਸ ਜਿਹੜੀ ਹੈ ਹਰ ਜਗ੍ਹਾ ਕਰ ਰਿਹਾ ਪਿਛਲੇ 1.5-2 ਘੰਟੇ 'ਤੇ ਅੰਮ੍ਰਿਤਸਰ ਦੀ ਬਿਜ਼ੀਐਸਟ ਮਾਰਕੀਟ ਹੈ IDH ਹੋਲਸੇਲ ਮਾਰਕੀਟ ਹੈ ਇੱਥੇ ਲੱਖਾਂ ਦਾ ਕਾਰੋਬਾਰ ਹੁੰਦਾ ਹੈ ਕੁਝ ਖਿਡੌਣਿਆਂ ਦੀ ਦੁਕਾਨ ਹੈ ਜਿਹੜੀ ਜਿੱਥੇ ਅੱਗ ਲੱਗੀ ਦੱਸੀ ਜਾਂਦੀ ਹੈ ਅਤੇ ਉੱਥੇ ਟੈਡੀ ਬੀਅਰ ਵਗੈਰਾ ਵੀ ਜਿਨ੍ਹਾਂ ਨੂੰ ਅੱਗ ਲੱਗੀ ਲੱਗੀ ਦੱਸੀ ਮੁਸ਼ਕਤ ਜਿਹੜੇ ਬੈਰੀਕੇਡ ਵਾਲੇ ਕਰ ਰਹੇ ਨੇ ਔਰ 5-6 ਗੱਡੀਆਂ ਬੈਰੀਕੇਡ ਦੀਆਂ ਮੌਕੇ 'ਤੇ ਮੌਜੂਦ ਨੇ